ਅੰਮ੍ਰਿਤਸਰ ਦੀ ਮਸ਼ਹੂਰ ਸਵੀਟ ਦੀ ਦੁਕਾਨ ਬੰਸਲ ਸਵੀਟ ਜੋ ਕਿ ਕਾਫੀ ਮਸ਼ਹੂਰ ਦੱਸੀ ਜਾ ਰਹੀ ਹੈ, ਉੱਥੇ ਤੜਕੇ ਸਾਰੀ ਸਵੇਰੇ 3 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਾਫੀ ਲੱਗੀਆਂ ਰਹੀਆਂ। ਕਾਫੀ ਮੁਸ਼ਕਲ ਦੇ ਬਾਅਦ ਸਵੇਰੇ 8 ਵਜੇ ਕਰੀਬ ਅੱਗ ਤੇ ਕਾਬੂ ਪਾਇਆ ਗਿਆ। ਜਦ ਤੱਕ ਇੱਕ ਭਾਰੀ ਨੁਕਸਾਨ ਦੱਸਿਆ ਜਾ ਰਿਹਾ ਹੋ ਚੁੱਕਿਆ ਹੈ। ਆ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਭਿਆਨਕ ਤਸਵੀਰਾਂ। ਸਰ ਲਾਂਗਸ ਰੋਡ ਨੀਅਰ ਬਾਂਸਲ ਸਵੀਟ ਦੇ ਅੰਦਰ ਅੱਗ ਲੱਗੀ ਜੀ। ਸਾਨੂੰ ਚਾਰ ਵਜੇ 5 ਮਿੰਟ 'ਤੇ ਤਲਾਹ ਆਈ ਹੈ। ਅਸੀਂ ਮੌਕੇ 'ਤੇ ਆਪਣੀ ਸੇਵਾ 35 ਵਜੇ ਦੀ ਗੱਡੀ ਲੈ ਕੇ ਚਲੇ ਗਏ ਹਾਂ। ਕੁਛ ਨਾਲੇ ਨਗਰ ਨਿਗਮ ਦੀ ਗੱਡੀਆਂ ਵੀ ਪਹੁੰਚੀਆਂ ਮੌਕੇ 'ਤੇ। ਅੱਗ 'ਤੇ ਕੰਟਰੋਲ ਕੀਤਾ ਜਾ ਰਿਹਾ ਜੀ। 90 ਪੈਸੇ ਕੰਟਰੋਲ ਹੋ ਚੁੱਕਾ ਜੀ, 10 ਪੈਸੇ ਕੰਟਰੋਲ ਹੋਣ ਰਹਿ ਗਿਆ ਜੀ। ਕੋਈ ਜਾਨੀ ਨੁਕਸਾਨ ਤਾਂ ਨਹੀਂ ਆਇਆ ਸਰ? ਨਹੀਂ ਸਰ, ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਹਜੇ ਤੱਕ ਜੀ। Thank you.